ਅੱਜ ਇੱਥੇ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਜਿੱਥੇ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਨਵੰਬਰ ਤਾਈਂ ਪੂਰੇ ਇਸ ਸਾਲ ਦੇ 8 ਮਹੀਨਿਆਂ ਵਾਸਤੇ ਕੇਂਦਰ ਦੀ ਸਰਕਾਰ ਨੇ ਦੇਸ਼ ਭਰ ਦੇ ਗਰੀਬਾਂ ਵਾਸਤੇ ਹਰੇਕ ਜੀ ਲਈ 5 ਕਿਲੋ ਕਣਕ ਅਤੇ ਹਰੇਕ ਪਰਿਵਾਰ ਲਈ 1 ਕਿਲੋ ਦਾਲ ਹਰ ਮਹੀਨੇ ਦੇਣ ਦਾ ਪ੍ਰਧਾਨ ਮੰਤਰੀ ਜੀ ਨੇ ਫੈਸਲਾ ਕੀਤਾ ਅਤੇ ਦੇਸ਼ ਭਰ 'ਚ ਇਹ ਰਾਸ਼ਨ ਵੰਡਿਆ ਜਾ ਰਿਹਾ ਹੈ। ਸਾਡੇ ਪੰਜਾਬ ਵਿੱਚ ਵੀ ਅਪ੍ਰੈਲ ਦੇ ਮਹੀਨੇ ਤੋਂ ਸ਼ੁਰੂ ਹੋਇਆ ਬਹੁਤ ਸਾਰੇ ਪਰਿਵਾਰਾਂ ਨੂੰ ਇਹ ਰਾਸ਼ਨ ਮਿਲਿਆ ਹੈਗਾ। ਹਾਲਾਂਕਿ ਘਾਟ ਕਮੀਆਂ ਬਹੁਤ ਰਹੀਆਂ ਨੇ। ਅਫਸੋਸ ਹੈ ਕਿ ਕੇਂਦਰ ਦਾ ਭੇਜਿਆ ਹਰ ਗਰੀਬ ਵਾਸਤੇ, ਜਿਹੜੇ 1.5 ਕਰੋੜ ਲੋਕਾਂ ਵਾਸਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਰਾਸ਼ਨ ਭੇਜਿਆ ਹੈ, ਲੇਕਿਨ ਸੂਬੇ ਦੀ ਸਰਕਾਰ ਨੇ ਪੱਖਪਾਤ ਕਰਦੇ ਹੋਏ ਆਪਦਿਆਂ ਨੂੰ, ਚਹਿਤਿਆਂ ਨੂੰ ਕਿਸੇ ਨੂੰ ਦਿੱਤਾ ਅਤੇ ਕਿਸੇ ਨੂੰ ਛੱਡਤਾ ਕਰਕੇ ਬਹੁਤ ਸਾਰੇ ਲੋਕ ਰਹਿ ਗਏ ਜਿਨ੍ਹਾਂ ਦਾ ਹੱਕ ਬਣਦਾ ਸੀ, ਲੇਕਿਨ ਇਹ ਰਾਸ਼ਨ ਨਹੀਂ ਮਿਲਿਆ। ਜਿੱਥੇ ਇਸ ਗੱਲ ਦਾ ਮੈਨੂੰ ਦੁੱਖ ਹੈ, ਮੈਂ ਉਮੀਦ ਕਰਦੀ ਹਾਂ ਕਿ ਅਸੀਂ ਆਸ ਰੱਖੀਏ ਕਿ ਕੈਪਟਨ ਸਾਹਿਬ ਜ਼ਰੂਰ ਇਹ ਕੇਂਦਰ ਤੋਂ ਭੇਜਿਆ ਹੋਇਆ ਮੁਫ਼ਤ ਦਾ ਰਾਸ਼ਨ ਲੋਕਾਂ ਤਾਈਂ, ਲੋੜਮੰਦਾਂ ਤਾਈਂ ਪਹੁੰਚਾਉਣ ਦੀ ਖੇਚਲ ਕਰਨਗੇ, ਨਾ ਕਿ ਆਪਣੇ ਲੋਕਾਂ ਨੂੰ ਖੁਰਦ ਮੁਰਦ ਕਰਕੇ ਗਰੀਬਾਂ ਦੇ ਰਾਸ਼ਨ 'ਚ ਲੁੱਟਬਾਜ਼ੀ ਕਰਨ ਦੀ ਇਹ ਅਵਸਰ ਜਿਹੜਾ ਮਿਲਿਆ ਪਿਛਲੇ ਸਮੇਂ 'ਚ, ਅੱਗੇ ਹੀ ਸੁਧਾਰ ਕਰ ਲੈਣ। ਲੇਕਿਨ ਅੱਜ ਖੁਸ਼ੀ ਹੈ ਇਸ ਗੱਲ ਦੀ ਕਿ ਪ੍ਰਧਾਨ ਮੰਤਰੀ ਜੀ ਨੇ ਆਹ ਵੀ ਐਲਾਨ ਕੀਤਾ ਹੈ ਕਿ ਜਿੰਨੇ ਵੀ ਆਪਣੇ ਅੰਗਹੀਨ ਹੈਗੇ, ਆਪਣੇ ਭੈਣ ਭਰਾ, ਜਿੰਨੇ ਵੀ ਅੰਗਹੀਨ, ਲੱਖਾਂ ਦੀ ਗਿਣਤੀ ਵਿੱਚ ਪੰਜਾਬ ਵਿੱਚ ਸਾਡੇ ਅੰਗਹੀਨ ਭੈਣ ਭਰਾ ਹੈਗੇ, ਇਹਨਾਂ ਸਾਰਿਆਂ ਦੇ ਜੇ ਕਾਰਡ ਨਹੀਂ ਵੀ ਬਣੇ ਹੈਗੇ, ਪਹਿਲ ਦੇ ਤੌਰ 'ਚ ਇਹਨਾਂ ਦੇ ਕਾਰਡ ਬਣਾਏ ਜਾਏ ਅਤੇ ਇਹ ਗਰੀਬਾਂ ਦਾ ਰਾਸ਼ਨ ਉਹਨਾਂ ਤਾਈਂ ਪਹੁੰਚਾਇਆ ਜਾਏ। ਆਸ ਕਰਦੀ ਹਾਂ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਵੀ ਕੋਈ ਗਰੀਬ ਹੋਏ, ਜਿਹੜਾ ਵੀ ਕੋਈ ਅੰਗਹੀਨ ਹੋਏ, ਅੱਜ ਕੇਂਦਰ ਦਾ ਰਾਸ਼ਨ ਉਹਨਾਂ ਨੂੰ ਕੈਪਟਨ ਸਾਹਿਬ ਤੁਸੀਂ ਪਹੁੰਚਾਓ। ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਉਹਨਾਂ ਨੂੰ ਆਪਣਾ ਬਣਦਾ ਹੋਇਆ ਪੂਰਾ ਹੱਕ, ਹਰ ਪਰਿਵਾਰ ਦੇ ਹਰ ਜੀ ਨੂੰ 5 ਕਿਲੋ, ਜੇ ਪਰਿਵਾਰ ਵਿੱਚ 4 ਜੀ ਨੇ ਤਾਂ ਫਿਰ ਉਹਨਾਂ ਨੂੰ 10 ਕਿਲੋ ਦੀ ਥੈਲੀ ਨਹੀਂ, 5-5 ਕਰਕੇ 20 ਕਿਲੋ ਦੀ ਥੈਲੀ ਚਾਰੋਂ ਜੀਆਂ ਨੂੰ 5-5 ਕਿਲੋ ਮਿਲਣੀ ਚਾਹੀਦੀ ਹੈ। ਪੂਰੇ 8 ਮਹੀਨਿਆਂ 'ਚ ਹਰ ਜੀ ਨੂੰ ਇੱਕ ਮਨ 40 ਕਿਲੋ ਮਿਲਣਾ ਚਾਹੀਦਾ ਹੈ ਅਤੇ 8 ਕਿਲੋ ਉਹਨਾਂ ਦੇ ਪਰਿਵਾਰ 'ਚ ਦਾਲ ਪਹੁੰਚਣੀ ਚਾਹੀਦੀ ਹੈ। ਉਹਨਾਂ ਨੂੰ ਪਹੁੰਚਾਓ ਕੈਪਟਨ ਸਾਹਿਬ, ਜਿਨ੍ਹਾਂ ਨੂੰ ਪੂਰਾ ਨਹੀਂ ਮਿਲ ਰਿਹਾ ਉਹਨਾਂ ਨੂੰ ਪੂਰਾ ਦਿਓ, ਜਿਨ੍ਹਾਂ ਦੇ ਤੁਸੀਂ ਕਾਰਡ ਕੱਟ ਦਿੱਤੇ ਨੇ ਉਹ ਵੀ ਲੋੜਮੰਦ ਨੇ, ਉਹ ਵੀ ਹੱਕਦਾਰ ਨੇ, ਦਿੱਲੀ ਸਰਕਾਰ ਨੇ ਉਹਨਾਂ ਵਾਸਤੇ ਵੀ ਭੇਜਿਆ ਹੈਗਾ। ਇਹਨਾਂ ਗਰੀਬਾਂ ਨੂੰ ਵੀ ਇਹਨਾਂ ਦਾ ਹੱਕ ਪਹੁੰਚਾਓ। ਅੱਜ ਪੰਜਾਬ 'ਚ ਹਰੇਕ ਜਣਾ ਦੁਖੀ ਹੈਗਾ, ਔਖਿਆਈ ਵਿੱਚ ਨੇ। ਤੁਹਾਨੂੰ ਇੰਨਾ ਲੰਬਾ ਸਮਾਂ ਮਿਲਿਆ ਕਿ ਕੋਵਿਡ ਦੀ ਲੜਾਈ ਦੀ ਤੁਸੀਂ ਤਿਆਰੀ ਕਰ ਸਕੋ, ਦੂਜੇ ਸੂਬਿਆਂ ਦੀ, ਦਿੱਲੀ ਵਰਗੇ ਸੂਬੇ ਦੀ ਗਲਤੀ ਤੋਂ ਸਿੱਖ ਕੇ ਆਪਾਂ ਸੁਧਾਰ ਕਰਕੇ ਆਪਣੇ ਆਪ ਨੂੰ ਪ੍ਰਪੇਅਰ ਕਰ ਸਕੀਏ। ਲੇਕਿਨ ਅਫਸੋਸ, ਪ੍ਰੈਪਰੇਸ਼ਨ ਕੀ ਕਰਨੀ? ਅੱਜ ਕੋਵਿਡ ਸੈਂਟਰ ਦੇ ਹਾਲਾਤ ਤੁਸੀਂ ਦੇਖੋ, ਨਾ ਲੋਕਾਂ ਨੂੰ ਖਾਣ ਵਾਸਤੇ ਕੁਛ ਉੱਥੇ ਮਿਲ ਰਿਹਾ ਹੈਗਾ, ਨਾ ਅੱਜ ਲੋੜਮੰਦਾਂ ਨੂੰ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈ ਸਿਫਾਰਿਸ਼ ਕਰ ਕਰਕੇ ਬੈੱਡ ਕਿਸੇ ਨੂੰ ਮਿਲ ਰਿਹਾ। ਬਠਿੰਡਾ ਵਰਗੇ ਸ਼ਹਿਰ 'ਚ ਵੀ ਬੈੱਡ ਪੂਰੇ ਨਹੀਂ ਹੋ ਰਹੇ ਹੈਗੇ, ਵੈਂਟੀਲੇਟਰ ਪੂਰੇ ਨਹੀਂ ਕਿਤੇ ਮਿਲ ਰਹੇ ਨੇ। ਅੱਜ ਲੋਕਾਂ ਨੂੰ ਆਹੀ ਨਹੀਂ ਪਤਾ ਕਿ ਜੇ ਮੈਨੂੰ ਕੋਈ ਸਿਮਟਮ ਨਹੀਂ ਹੈ ਤਾਂ ਮੈਂ ਘਰੇ ਬੈਠ ਕੇ ਕੁਆਰੰਟੀਨ ਕਰਾਂ, ਡਰ ਦੇ ਮਾਰੇ ਆਪਦੀ ਟੈਸਟਿੰਗ ਹੀ ਨਹੀਂ ਕਰਾਉਣੇ ਕਿ ਮੈਨੂੰ ਚੱਕ ਕੇ ਲੈ ਜਾਣਗੇ, ਅਤੇ ਟੈਸਟਿੰਗ ਕਿੰਨੀ ਘੱਟ ਹੋ ਰਹੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ। ਅਫਸੋਸ ਇਸ ਗੱਲ ਦਾ ਕਿ ਕੈਪਟਨ ਸਾਹਿਬ ਤੁਸੀਂ ਬਿਆਨ ਜਦ ਦਿੰਦੇ ਹੋ ਬੈਠ ਕੇ ਕਿ ਸਪਟੈਂਬਰ ਦੇ ਮਹੀਨੇ 'ਚ 3100 ਬੰਦੇ ਮਰ ਜਾਣਗੇ, ਜੇ ਤੁਹਾਨੂੰ ਪਤਾ ਹੈ ਮਰ ਜਾਣਗੇ, ਤੁਹਾਨੂੰ ਨਜ਼ਰ ਆ ਰਹੇ ਨੇ ਕਿ ਤੁਹਾਡੀ ਤਿਆਰੀ ਨਹੀਂ ਹੈ, ਅਤੇ ਅਜੇ ਵੀ ਸਮਾਂ ਹੈ, ਤੁਸੀਂ ਤਿਆਰੀ ਕਰੋ, ਆਪਣੇ ਵਿਸ਼ਰਾਮ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਜਾ ਕੇ ਪਤਾ ਤਾਂ ਕਰੋ ਉਹਨਾਂ ਦੇ ਹਾਲਾਤ ਕੀ ਨੇ, ਤਿਆਰੀ ਕਰ ਲਓ। ਤੁਹਾਡੀ ਛੋਟੀ ਜਿਹੀ ਤਿਆਰੀ ਦੇ ਨਾਲ ਕਈਆਂ ਦੀ ਜਾਨਾਂ ਬਚ ਜਾਣਗੀਆਂ, ਕੋਸ਼ਿਸ਼ ਆਪਾਂ ਕਰੀਏ। ਅੱਜ ਉੱਥੇ ਬੈਠੇ ਪਤਾ ਨਹੀਂ ਅਫਸਰ ਕੀ ਦੱਸੀ ਜਾਂਦੇ, ਅਰੇ ਅਜੀਬ ਉਹ ਗਰੀਬ ਰੂਲਸ ਅਤੇ ਰੈਗੂਲੇਸ਼ਨ। ਅੱਜ ਸ਼ਰਾਬ ਦੇ ਠੇਕੇ ਤਾਂ 10-10, 11 ਵਜੇ ਤਾਈਂ ਖੁੱਲ੍ਹੇ ਰਹਿੰਦੇ ਨੇ, ਲੇਕਿਨ ਜਿਨ੍ਹਾਂ ਨੇ ਆਪਦੀ ਰੋਜ਼ੀ ਰੋਟੀ ਕਮਾਉਣੀ ਹੁੰਦੀ ਹੈ ਉਹਨਾਂ ਵਿਚਾਰਾਂ ਦੀ ਦੁਕਾਨਾਂ ਪੁਲਿਸ ਧੱਕੇ ਦੇ ਨਾਲ 7 ਵਜੇ ਬੰਦ ਕਰਾ ਦਿੰਦੀ ਹੈ। ਕਿ 7 ਵਜੇ ਤੋਂ ਬਾਅਦ ਕਰੋਨਾ ਸੌ ਜਾਂਦਾ ਹੈਗਾ? 7 ਵਜੇ ਤੋਂ ਪਹਿਲੇ ਕਰੋਨਾ ਨਹੀਂ ਹੁੰਦਾ? ਫਿਰ ਔਡ ਈਵਨ ਕਰਕੇ 4 ਦਿਨ ਤੁਸੀਂ ਖੋਲ੍ਹੋ, 4 ਦਿਨ ਤੁਸੀਂ ਖੋਲ੍ਹੋ, ਵੀ 12 ਦਿਨ ਮਹੀਨੇ 'ਚ ਖੋਲ੍ਹ ਕੇ ਮਹੀਨੇ ਭਰ ਦੀ ਕੌਣ ਕਮਾਈ ਕਰਕੇ ਆਪਣੇ ਕਿਰਾਇਆ ਭਰ ਸਕਦਾ ਹੈਗਾ? ਅੱਜ ਇੰਨੇ ਵੱਡੇ ਵੱਡੇ ਮੁੱਦੇ ਨੇ, ਲੋਕਾਂ ਦੇ ਬਿਜਲੀਆਂ ਦੇ ਬਿੱਲਾਂ ਤੋਂ ਔਖੇ ਅੱਕੇ ਹੋਏ ਨੇ, ਦੁਖੀ ਹੋਏ ਨੇ, ਭਰ ਨਹੀਂ ਸਕਦੇ ਕਿਉਂਕਿ ਆਮਦਨ ਖਤਮ ਹੋਈ ਹੈ, ਸਕੂਲ ਦੀ ਫੀਸ ਅੱਡ ਇਸ਼ੂ ਬਣਿਆ ਹੋਇਆ ਹੈ, ਤੁਸੀਂ ਔਡ ਈਵਨ ਕਰਕੇ ਦੁਕਾਨਦਾਰਾਂ ਨੂੰ ਖੱਜਲ ਖਵਾਰ ਕਰ ਰਹੇ ਹੋ। ਅੱਜ ਇਹ ਸੁੱਤੀ ਹੋਈ ਸਰਕਾਰ ਵੀ ਨਹੀਂ ਮੈਂ ਕਹਿ ਸਕਦੀ, ਸਰਕਾਰ ਨਾਮ ਦੀ ਤਾਂ ਚੀਜ਼ ਹੀ ਨਹੀਂ ਹੈ। ਲੇਕਿਨ ਉਮੀਦ ਕਰਦੀ ਹਾਂ ਕਿ ਅੱਜ ਲੋਕਾਂ ਦੀ ਇਹਨਾਂ ਔਖੇ ਹਾਲਾਤਾਂ 'ਚ, ਜਿਹਦੇ ਵਿੱਚੋਂ ਹਰੇਕ ਜਣਾ ਗੁਜ਼ਰ ਰਿਹਾ ਹੈਗਾ, ਹਰੇਕ ਜਣਾ ਔਖਾ, ਹਰੇਕ ਦਾ ਕਮਾਈ ਦਾ ਸਾਧਨ ਖਤਮ ਹੋ ਗਿਆ,
अज इना लोकां दी तकलीफां नूं घटाउण वास्ते इस सरकार अपने आप नूं इना दी जगह विच रख के कुछ उपराले करे, अपने लोकां दी मदद वास्ते अगे आए। जिहड़े गरीब दी गुहार, जिहड़े बीमार ने, कोविड दी महामारी दे नाल लड़ रहे ने, उहनां नूं बंदी हुई सहूलतां मिलन, गरीबां नूं उहनां दा राशन मिले, बिजली दे बिल विच कटौती कीती जाए, ते हर तरीके तो सरकार एक अपने सरकार बन दा फर्ज अदा करे। मैं आस करदी हां कि कैप्टन साहब नूं इह सुनेहा मिले तो अपने हरकत विच आके कुछ वधिया सुधार पंजाब विच करन।